ਇੱਕ ਹੋਰ ਬਿਮਾਰੀ ਤੁਹਾਨੂੰ ਛੱਡ ਦਿਓ ਜੇ ਬਚਣਾ, ਘਰ ਚਾਹੇ ਮੂੰਗੀ ਦੀ ਦਾਲ ਤੜਕੇ 3 ਦਿਨ ਖਾਂਦਾ ਹੋਵੇ, ਜਿਹਦੀ ਕੁੜੀ ਆ ਉਹਨੂੰ ਕਹੋ ਅਸੀਂ ਮੁਰਗੇ ਖਾਣੇ ਆ, ਅਸੀਂ ਬੱਕਰੇ ਖਾਣੇ, ਘਰ ਸਾਗ ਹੀ ਖਾਂਦੇ ਹਾਂ ਔਰ ਕਹੇ ਬੱਕਰੇ ਖਾਂਦੇ ਹੋ ਘਰ ਤੁਸੀਂ ਨਿੱਤ, ਕਿਉਂ ਪਾਪ ਕਰਦੇ ਹੋ ਕੁੜੀ ਦੇ ਦਾਨ ਦੇ ਮੌਕੇ? ਅਤੇ ਆ ਤਾਂ ਤੂੰ ਕਹਿ ਵੀ ਮੈਂ ਤਾਂ ਮਾਸਾਹਾਰੀ ਹਾਂ, ਮੈਂ ਉਹਨੂੰ ਖਾਂਦਾ ਨਹੀਂ। ਤੁਹਾਡੇ ਕੋਲ ਹੈਗੀਆਂ ਚੀਜ਼ਾਂ, ਗਊਆਂ ਹੈਗੀਆਂ ਨਾ, ਗਊ ਭੁੱਖੀ ਮਰ ਜੂਗੀ, 20 ਤਰ੍ਹਾਂ ਦਾ ਮਾਸ ਉਹਦੇ ਮੂਹਰੇ ਰੱਖੋ, ਜੀਭ ਨਹੀਂ ਲਾਊਗੀ ਉਹਨੂੰ, ਭੁੱਖੀ ਮਰ ਜੂਗੀ ਤੜਫ ਕੇ, ਗਊ ਮਾਸ ਨਹੀਂ ਖਾਊਗੀ। ਸ਼ੇਰ ਭੁੱਖਾ ਮਰ ਜੂਗਾ, ਨਾ ਕੜਾਹ ਖਾਊ ਨਾ ਖੀਰ, ਅੰਨ ਨਹੀਂ ਖਾਊਗਾ, ਸ਼ੇਰ ਮਰ ਜੂਗਾ ਭੁੱਖਾ ਮਾਸ ਖਾਊ। ਹੈ ਤੁਸੀਂ ਤਕੜੇ, ਤੁਸੀਂ ਛੱਡ ਦੇ ਕੁਛ ਨਹੀਂ, ਆਖੋ ਸਤਨਾਮ, ਤੁਸੀਂ ਤਾਂ ਬਹੁਤ ਤਕੜੇ, ਜਿਹੜਾ ਮਿਲ ਗਿਆ ਉਹੀ ਹਜਮ ਹੈ, ਦਾਦੋ ਕੇ ਛੱਡ ਦੇ ਆਪਾਂ ਗੁਰਦੁਆਰੇ ਖੜਾ ਪ੍ਰਸ਼ਾਦ ਦੀ ਦੇਖ ਲੈ ਕੇ ਜਾਊਗਾ, ਘਰ ਵਾਲੀ ਨੂੰ ਹਾਕ ਮਾਰੂਗਾ ਆਮਲੇਟ ਬਣੇ। ਵਾਹ ਤੁਹਾਡੀ ਸਿੱਖੀ, ਉਹ ਗੁਰਮੁਖੋ ਇਹਨਾਂ ਗੱਲਾਂ 'ਚ ਕੁਛ ਨਹੀਂ, 36 ਪ੍ਰਕਾਰ ਦੇ ਭੋਜਨ ਦਿੱਤੇ ਹੈ, ਇਹ ਤਾਂ ਤੁਸੀਂ ਨਿੱਤ ਖਾਓ, ਘਰ ਫਿਰ ਵਿਆਹ ਵਾਲੇ ਤੋਂ ਮੰਗੋ। ਉੱਧਰ ਭਾਈ ਸਾਹਿਬ ਤਾਂ ਖੜੇ ਇੱਥੇ ਹੱਥ ਬੰਨੀ ਨੰਦਾ 'ਤੇ ਕਹਿਣਗੇ, ਸੱਚੇ ਪਾਤਸ਼ਾਹ ਕੁੜੀ ਮੁੰਡੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀ, ਕਹਿੰਦਾ ਨਾ ਭਾਈ ਸਾਹਿਬ, ਹਾਂ ਕੁੜੀ ਮੁੰਡੇ 'ਤੇ ਮਿਹਰ ਭਰਿਆ ਹੱਥ ਰੱਖਦੀ, 250 ਮੁਰਗਾ ਸੀ ਸਵੇਰੀਓ ਵੱਢੇ ਖੇ ਅਖੋ ਸਾਰ, 6 ਬੱਕਰੇ ਅਸੀਂ ਕਿਕਰਾਂ ਨਾਲ ਟੰਗ 'ਤੇ, ਤੇਰੇ ਬੱਚੇ ਅਸੀਂ ਛੱਡਣੇ ਨਹੀਂ, ਸਾਡਿਆਂ ਨੂੰ ਮਰਨਾ ਨਹੀਂ, ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹ ਨੇ, ਸਾਡੇ ਕਰਮ ਕੀ ਨੇ, ਅਸੀਂ ਮੰਗਦੇ ਕੀ? ਐਸੀ ਗੱਲ ਸੁਣੋ ਬਾਣੀ, ਕਲਯੁਗ ਮਹਾਰਾਜ ਬਾਣੀ ਵਿੱਚ ਬਚਨ ਕਰਦੇ ਨੇ, ਦੇਣ ਵਾਲਾ ਸੱਤ, ਇਹਨੂੰ ਹੋਰ ਥਾਂ ਪੜ੍ਹਨਾ ਬਾਣੀ 'ਚ, ਸਤੀ ਦੇ ਸੰਤੋਖੀ ਖਾਏ ਤੋ ਨਾਨਕ ਦਰ ਦੀਦਾਰ ਸੁਣ, ਦੇਣ ਵਾਲਾ ਦਾਨੀ ਦਾਨ ਸਮਝ ਕੇ, ਲੈਣ ਵਾਲਾ ਸੰਤੋਖੀ ਬਣ ਕੇ। ਸੰਤੋਖ ਹੁੰਦਾ ਜੋ ਮਿਲ ਗਿਆ ਉਹਨੂੰ ਬਹੁਤ ਕਹਿਣਾ, ਇਹ ਸੰਤੋਖ ਹੁੰਦਾ, ਬਹੁਤ ਮਿਲੇ ਉਹਨੂੰ ਵੀ ਘੱਟ ਕਹਿਣਾ, ਇਹਦੇ ਨਾਲ ਤ੍ਰਿਸ਼ਨਾ ਹੁੰਦੀ। ਇੱਕ ਮਹਾਂਪੁਰਸ਼ ਕਿਸੇ ਸੇਠ ਦੇ ਘਰ ਜਾਂਦੇ ਸੀ, ਗਏ ਹੋਏ ਸੀ, ਉਹ ਤਾਂ ਸਵੇਰੇ ਅੰਮ੍ਰਿਤ ਵੇਲੇ ਨਾਮ ਜਪਣ, ਉਹ ਸੇਠ ਕਰੀ ਜਾਵੇ, ਬੜਾ ਘਾਟਾ ਪੈ ਗਿਆ, ਬਹੁਤ ਘਾਟਾ ਪੈ ਗਿਆ। ਉਹ ਮਹਾਂਪੁਰਸ਼ ਸੇਠ ਦੇ ਘਰ ਵਾਲੀ ਨੂੰ ਕਹਿੰਦੇ, ਬੀਬੀ ਇਹ ਤਾਂ ਹਟੀਏ ਹੀ ਨਹੀਂ ਕਹਿਣ 'ਤੇ, ਬਹੁਤ ਘਾਟਾ ਕਾਹਦਾ ਪੈ ਗਿਆ, ਕਾਹਦਾ ਪਿਆ ਘਾਟਾ? ਉਹ ਸੇਠ ਦੇ ਘਰ ਵਾਲੀ ਕਹਿੰਦੀ, ਬਾਬਾ ਜੀ ਵਪਾਰ ਕਰਿਆ ਤਾਂ 5 ਲੱਖ ਬਚਣਾ ਤਾਂ 3 ਲੱਖ ਬਚਿਆ, ਖੁਸ਼ 3 ਲੱਖ ਬਚ ਵੀ ਗਿਆ, ਫਿਰ ਵੀ ਘੱਟ। ਇਹ ਤ੍ਰਿਸ਼ਨਾ, ਇਹਨੇ ਨਹੀਂ ਰੱਜਣਾ। ਕੱਲ ਸੁਣਿਆ ਸੀ ਤ੍ਰਿਸ਼ਨਾ ਨਾ ਜੀਰਣੰਗ ਬਈ ਮੇਬ ਜੀਰਣੰਗ, ਪਰਤਰੀ ਵਰਗੇ ਜੋਗੀ ਤੋਂ ਪਾਨ ਦੇ ਥੁੱਕ 'ਚ ਹੱਥ ਪਵਾ ਤਾ ਤ੍ਰਿਸ਼ਨਾ ਨੇ, ਇਹ ਨਹੀਂ ਰੱਜਣੀ। ਨਾਲੇ ਅਸੀਂ ਹੁੰਦੇ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿਤਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ, ਕਿਹਦੀ ਬੁੱਝੂਗੀ ਪੁੱਛੋ ਵੀ, ਨੌ ਦੱਸੋ ਜੀ ਵਿਰਲਾ ਕਿਹੜਾ ਜਿਹਦੀ ਬੁੱਝੂਗੀ? ਤੁਸੀਂ ਮੰਨ ਕੇ ਬੁੱਝਦੀ ਹੈ ਕਿਹਦੀ? ਫਿਰ ਪੜ੍ਹ ਕੇ ਨਾ ਲੰਘਿਆ ਕਰੋ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ।
ਨਿੱਤਤਾ ਜਵਾਬ ਹੈ ਸੁਖਮਨੀ ਸਾਹਿਬ ਵਿੱਚ। ਸਿਮਰਨ ਕਰਨ ਤੋਂ ਤ੍ਰਿਸ਼ਨਾ ਹਟਦੀ ਹੈ, ਪ੍ਰਭ ਕਹਿ ਸਿਮਰਨ ਤ੍ਰਿਸ਼ਨਾ ਬੁਝੇ। ਕਿਉਂ ਹਟਦੀ ਹੈ ਇਹਦਾ ਜਵਾਬ ਵੀ ਹੈ ਅਗਲੀ ਤੁਕ ਵਿੱਚ, ਸੁਖਮਨੀ ਸਾਹਿਬ ਨੂੰ ਸਿਖਾਈ ਨਾ ਸਮਝੋ। ਸਿਮਰਨ ਤੋਂ ਤ੍ਰਿਸ਼ਨਾ ਬੁਝਦੀ ਹੈ, ਕਿਉਂ? ਪ੍ਰਭ ਕਹਿ ਸਿਮਰਨ ਸਭ ਕੁਛ ਸੁਝੇ, ਗਿਆਨ ਹੋ ਜਾਣਾ ਇੱਥੇ ਕੁਛ ਵੀ ਮੇਰਾ ਨਹੀਂ ਹੈ, ਅੱਜ ਕੇ ਆਖੋ ਸਤ। ਇਸ ਗਿਆਨ ਤੋਂ ਮੈਨੂੰ ਗੰਢਾ ਬੰਨਦੇ ਫਿਰਦੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀ ਪੈਲੀ ਚ। ਇਹ ਗਿਆਨ ਨਹੀਂ ਹੈ ਨਾ, ਸਿਮਰਨ ਵਿੱਚੋਂ ਗਿਆਨ ਹੋਊਗਾ। ਇਹ ਨਹੀਂ ਰੱਜ ਆਉਣਾ, ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ। ਗਿਆਨੀ ਜੀਵੇ ਸਦਾ ਸਦਾ, ਗਿਆਨ ਗਿਆਨ ਕਿੱਥੋਂ ਆਉਣਾ? ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਹਿ ਸਿਮਰਨ ਸਭ ਕੁਛ ਸਿੱਝੇ। ਪਤਾ ਲੱਗ ਜਾਣਾ ਇਹ ਤ੍ਰਿਸ਼ਨਾ ਨਾਲ ਕਦੇ ਰੱਜਿਆ ਨਹੀਂ, ਜੇ ਰੱਜਣਾ ਤਾਂ ਇੱਕ ਤ੍ਰਿਸ਼ਨਾ ਲਾ ਲਓ, ਇੱਕ ਭੁੱਖ ਲਾ ਲਓ ਜੇ ਰੱਜਣਾ। ਸਾਚੇ ਨਾਮ ਕੀ ਲਾਗੈ, ਬਸ ਇਹ ਹੈ ਰੱਜ। ਸੋ ਗੁਰ ਸਿੱਖ ਪਿਆਰੇ, ਉਹਨਾਂ ਕੁਕਰਮਾਂ ਤੋਂ ਆਪਾਂ ਬਚੀਏ। ਬੱਚੀ ਨੂੰ ਜੋ ਕੁਝ ਦੇਣਾ ਸਤ ਦਾਨ ਸਮਝ ਕੇ, ਬਿੱਤ ਦੇ ਮੁਤਾਬਕ ਜੋ ਕੁਛ ਮਿਲਿਆ ਮੁੰਡੇ ਵਾਲਿਆਂ ਨੂੰ ਉਹ ਸੰਤੋਖ ਕਰਕੇ ਲਓ, ਬਹੁਤ ਕੁਝ ਮਿਲਿਆ। ਸਤ ਸੰਤੋਖ ਕਰ ਭਾਉ, ਕੁੜਮ ਕੁੜਮਾਈ ਆਇਆ ਬਲਰਾਮ ਜੀ। ਇਹਦੇ ਵਿੱਚੋਂ ਫਿਰ ਪਿਆਰ ਪੈਦਾ ਹੋਊਗਾ। ਬਲਵੰਤ ਰਾਏ ਜੀ ਕਹਿੰਦੇ ਕਲਯੁਗ ਦੀ ਚੌਥੀ ਲਾਭ, ਰਾਜ ਕੰਨਿਆਂ ਕੋ ਵਰੋ, ਸਤ ਧਰਮ ਨੇਮ ਮਨ ਅੰਦਰ ਧਰੋ। ਲੈਣ ਵਾਲਾ ਸੰਤੋਖੀ ਦੇ ਦਾਜ ਦੇਣ ਵਾਲਾ ਦਾਨ ਸਮਝ ਕੇ।